ਇਹ ਸ਼ਿਮਲਾ ਪਹਾੜੀ ਦੇ ਕੋਲ ਕਬਾਬਿਸ਼ ਟਿੱਕਾ ਫੈਮਿਲੀ ਰੈਸਟੋਰੈਂਟ ਬੜਾ ਮਸ਼ਹੂਰ ਹੈ, ਇਹਦੇ ਖਾਣੇ ਬੜੇ ਮਸ਼ਹੂਰ ਨੇ। ਅੱਜ ਅਸੀਂ ਇਹਨਾਂ ਕੋਲ ਆਏ ਹਾਂ ਇਹਨਾਂ ਨੂੰ ਪੁੱਛਣ ਵਾਸਤੇ, ਤੁਹਾਡਾ ਜ਼ਾਇਕਾ ਬੜਾ ਮਜ਼ੇਦਾਰ ਹੈ ਅਤੇ ਵਾਹਦ ਹੋਟਲ ਹੈਗਾ ਕਬਾਬਿਸ਼ ਫੈਮਿਲੀ ਰੈਸਟੋਰੈਂਟ, ਜਿਹੜਾ ਕਿ ਸ਼ਿਮਲਾ ਪਹਾੜੀ ਦੇ ਨਜ਼ਦੀਕ ਹੈ। ਅਸੀਂ ਅੰਦਰ ਜਾ ਕੇ ਵੇਖਦੇ ਹਾਂ ਇਹ ਕੀ ਕੁਛ ਪਕਾਉਂਦੇ ਖਾਂਦੇ ਨੇ। ਲਓ ਜੀ, ਇਹ ਰੈਸਟੋਰੈਂਟ ਕਿੰਨਾ ਪਿਆਰਾ ਹੈਗਾ, ਕਬਾਬਿਸ਼ ਫੈਮਿਲੀ ਰੈਸਟੋਰੈਂਟ। ਬੜੀ ਸਫਾਈ, ਇੱਥੇ ਹਰ ਕਿਸਮ ਦਾ ਤੁਸੀਂ ਫੈਮਿਲੀ ਵਿਜ਼ਿਟ ਵਾਸਤੇ ਆ ਸਕਦੇ ਹੋ, ਅੱਛੇ ਖਾਣੇ ਖਾਓ ਔਰ ਅੱਛੇ ਲੁਫਤ ਦੇ ਨਾਲ ਤੁਸੀਂ ਇੱਥੇ ਇੰਜੋਏ ਕਰ ਸਕਦੇ ਹੋ। ਆਪਣੇ ਬੱਚਿਆਂ ਨੂੰ ਵੀ ਲਿਆਓ ਅਤੇ ਇੱਥੇ ਅੱਛੇ ਖਾਣੇ ਵੀ ਖਾਓ ਅਤੇ ਮਾਹੌਲ ਵੀ ਬਹੁਤ ਪਿਆਰਾ ਜੀ। ਇਹ ਸ਼ਿਮਲਾ ਪਹਾੜੀ ਦੇ ਨਜ਼ਦੀਕ ਤਰੀਨ ਹੋਟਲ ਹੈ ਕਬਾਬਿਸ਼ ਰੈਸਟੋਰੈਂਟ ਟਿੱਕਾ ਫੈਮਿਲੀ। ਲੋਹੀ ਦੱਸੋ ਜੀ, ਮੈਂ ਕਬਾਬਿਸ਼ ਟਿੱਕਾ ਐਂਡ ਫੈਮਿਲੀ ਰੈਸਟੋਰੈਂਟ ਸੇ, ਇਹ ਆਪਕੇ ਆਪਣੇ ਇਲਾਕੇ ਸ਼ਿਮਲਾ ਪਹਾੜੀ ਦੇਵਰਾਨ ਰੋਡ ਪੇ ਹੈ, ਕੁਈਨ ਮੈਰੀ ਕਾਲਜ ਕੇ ਸਾਹਮਣੇ। ਆਪੇ ਆਏ ਆਪਣੀ ਫੈਮਿਲੀ ਕੇ ਸਾਥ ਆਏ, ਬਹੁਤ ਅੱਛਾ ਫੂਡ ਹੈ ਮਾਰਾ, ਖਾਣੇ ਬਹੁਤ ਅੱਛੇ ਹੁੰਦੇ ਹੈ, ਬਾਰਬੀਕਿਊ ਹੈ, ਚਾਈਨੀਜ਼ ਹੈ, ਪਾਕਿਸਤਾਨੀ ਕੜਾਹੀ ਵਗੈਰਾ ਹੈ, ਮਟਨ ਕੜਾਹੀ, ਚਿਕਨ ਕੜਾਹੀ, ਕੋਰਮਾ, ਚਿਕਨ ਹਾਂਡੀ ਹੋਤੀ ਹੈ ਬੋਨਲੈਸ, ਚਿਕਨ ਜਿੰਜਰ ਹੋਤੀ ਹੈ, ਚਾਈਨੀਜ਼ ਹੋਤਾ ਹਮਾਰੇ ਪਾਸ, ਬਹੁਤ ਅੱਛਾ ਮਨਚੂਰੀਅਨ ਹੈ, ਚਿਕਨ ਸ਼ਾਸ਼ਿਕ ਹੈ, ਇਸਕੇ ਇਲਾਵਾ ਬਹੁਤ ਅੱਛੀ ਸੈਟਿੰਗ ਹੈ ਹਮਾਰੀ, ਆਪ ਆਪਣੀ ਫੈਮਿਲੀ ਕੇ ਸਾਥ ਚੱਕਰ ਲਗਾਏ ਹਮਾਰੇ ਪਾਸ। ਅਸਲਾਮ ਅਲੈਕੁਮ, ਮੈਂ ਕਬਾਬਿਸ਼ ਟਿੱਕਾ ਸੇ ਬੋਲ ਰਹਾ ਹੂੰ, ਕਬਾਬਿਸ਼ ਟਿੱਕਾ ਸੇ, ਔਰ ਯੇ ਯਾ ਹਮਾਰੇ ਖਾਣਾ ਜੋ ਹੈ ਜੋ ਸਪੈਸ਼ਲਿਟੀ ਹੈ ਵੋ ਬ੍ਰਹਿਮ ਸਾਲਾ ਹੈ, ਔਰ ਮਟਨ ਕੋਰਮਾ ਹੈ, ਚਿਕਨ ਮਨਚੂਰੀਅਨ ਹੈ, ਦਾਲ ਮੱਖਣੀ ਹੈ, ਯੇ ਬੜੇ ਦੂਰ ਦੂਰ ਸੇ ਲੋਕ ਆ ਕੇ। ਦਾਲ ਮੱਖਣੀ ਜਿਹੜੀ ਹੈ, ਚਨੇ ਦਾਲ ਜਾਂ ਮਾਸ਼ ਦੀ ਦਾਲ? ਦਾਲ ਚਨਾ ਮੱਖਣੀ ਹੈ, ਲੇਕਿਨ ਬਹੁਤ ਸਪੈਸ਼ਲ ਹੈ, ਸਪੈਸ਼ਲ ਜੀ, ਯੇ ਖਾਣੇ ਕੇ ਲੀਏ ਬੜੇ ਦੂਰ ਦੂਰ ਸੇ ਲੋਕ ਹਮਾਰੇ ਪਾਸ ਆ ਰਹੇ ਹੈਂ। ਟੀਵੀ ਤੁਹਾਨੂੰ ਬੜੇ ਬੜੇ ਖਾਣੇ ਵਿਖਾਉਂਦਾ, ਹੋਟਲਾਂ ਦੀ ਸੈਰ ਕਰਾਉਂਦਾ, ਜਿਹੜੀ ਕਬਾਬਿਸ਼ ਟਿੱਕਾ ਫੈਮਿਲੀ ਰੈਸਟੋਰੈਂਟ ਹੈ ਉਹਦੇ ਬਾਰੇ ਤੁਹਾਨੂੰ ਦੱਸ ਰਿਹਾ। ਬੜੇ ਮਿਹਨਤੀ ਬੰਦੇ ਨੇ, ਬੜੇ ਪਿਆਰ ਨਾਲ ਔਰ ਸਾਫ਼ ਸੁਥਰਾ ਖਾਣਾ ਬਣਾਉਂਦੇ ਨੇ, ਉਹ ਸ਼ਿਮਲਾ ਪਹਾੜੀ ਦੇ ਕੋਲ ਨੇ। ਮੈਂ ਲੋਹਰੀਆਂ ਨੂੰ ਇਹੀ ਕਹਾਂਗਾ ਕਿ ਤੁਸੀਂ ਸ਼ਿਮਲਾ ਪਹਾੜੀ ਆਓ ਅਤੇ ਆਪਣੀ ਫੈਮਿਲੀ ਬੱਚਿਆਂ ਨੂੰ ਲੈ ਕੇ ਆਓ, ਬੜਾ ਸਾਫ਼ ਸੁਥਰਾ ਮਾਹੌਲ ਜੇ ਔਰ ਖਾਣੇ ਲਜ਼ੀਜ਼ ਨੇ। ਮੱਖਣ ਦਾਲ ਜਿਹੜੀ ਹੈਗੀ ਹੈ ਬੜੀ ਮਸ਼ਹੂਰ ਜੇ, ਇਹ ਲਾਜ਼ਮੀ ਤੁਸੀਂ ਆਉਣਾ ਜੇ ਅਤੇ ਆਪਣੇ ਬੱਚਿਆਂ ਨੂੰ ਫੈਮਿਲੀ ਨੂੰ, ਉਹ ਸਸਤਾ ਵੀ ਹੈਗਾ, ਕੋਈ ਮਹਿੰਗਾ ਨਹੀਂ ਹੈਗਾ, ਤੁਸੀਂ ਲਿਆਓਗੇ ਤੁਸੀਂ ਵਾਕਈ ਕਰੋਗੇ ਕਿ ਪੰਜਾਬ ਕਲਚਰ ਟੀਵੀ ਨੇ ਸਾਨੂੰ ਬੜਾ ਸੋਹਣਾ ਵਿਖਾਇਆ ਅਤੇ ਸ਼ਿਮਲਾ ਪਹਾੜੀ ਦੇ ਨਜ਼ਦੀਕ ਐਸਾ ਰੈਸਟੋਰੈਂਟ ਸਸਤਾ ਸਾਫ਼ ਸੁਥਰਾ ਤੁਹਾਨੂੰ ਕਦੇ ਨਹੀਂ ਹੋਏਗਾ। ਇਹ ਵੇਖੋ, ਪੰਜਾਬ ਕਲਚਰ ਟੀਵੀ ਤੁਹਾਨੂੰ ਵਿਖਾ ਰਿਹਾ, ਪੀਸ ਲਾ ਰਹੇ ਨੇ, ਸਾਫ਼ ਸੁਥਰਾ ਮਾਹੌਲ ਜੇ, ਇਹ ਤੁਹਾਨੂੰ ਅਸੀਂ ਇਸ ਕਰਕੇ ਵਿਖਾ ਰਹੇ ਹਾਂ ਕਿ ਤੁਸੀਂ, ਅਸੀਂ ਬੜੇ ਬੜੇ ਹੋਟਲਾਂ ਦਾ ਵਿਜ਼ਿਟ ਕੀਤਾ ਮਗਰ ਇਹੋ ਜਿਹਾ ਰੈਸਟੋਰੈਂਟ ਅਸੀਂ ਕਦੇ ਨਹੀਂ ਵੇਖਿਆ ਜਿਹੜਾ ਸਾਫ਼ ਸੁਥਰਾ ਵੀ ਹੋਵੇ, ਫੈਮਿਲੀ ਮਾਹੌਲ ਵੀ ਹੋਵੇ। ਤੁਸੀਂ ਆਪਣੇ ਬੱਚਿਆਂ ਨੂੰ ਵੀ ਲਿਆਓ ਇੱਥੇ ਅਤੇ ਵੇਖੋ ਆ ਕੇ, ਹਕੀਕਤ ਨਜ਼ਦੀਕ ਤਰੀਨ ਮੈਂ ਗੱਲ ਕਰਨਾ, ਮੈਂ ਕਦੇ ਤੁਹਾਨੂੰ ਨਾਜ਼ਰੀਨ ਇਹੋ ਜਿਹੀ ਗੱਲ ਕਦੇ ਨਹੀਂ ਕੀਤੀ। ਇਹ ਰੈਸਟੋਰੈਂਟ ਵਾਕਈ ਹੀ ਸਸਤਾ ਹੈ ਅਤੇ ਸਾਫ਼ ਸੁਥਰਾ ਹੈ, ਬੜਾ ਪਿਆਰਾ ਮਾਹੌਲ ਹੈ, ਬਾਰਬੀਕਿਊਬ ਨੇ ਹਰ ਕਿਸਮ ਦਾ ਅਤੇ ਮੱਖਣੀ ਦਾਲ ਬੜੀ ਮਸ਼ਹੂਰ ਜੇ, ਲਾਜ਼ਮੀ ਆਉਣਾ ਜੇ ਸ਼ਿਮਲਾ ਪਹਾੜੀ ਦੇ ਕੋਲ, ਯਾਦ ਰੱਖਣਾ ਜੇ। ਬੱਚੇ ਆਏ ਨੇ ਬੜੀ ਦੂਰੋਂ ਖਾਣਾ ਖਾਣ ਆਏ ਨੇ ਅਤੇ ਬੜੇ ਮਤਲਬ ਇਸ ਖਾਣੇ 'ਚ ਲੁਫਤ ਵੀ ਹੈਗਾ ਅਤੇ ਸਸਤਾ ਵੀ ਹੈਗਾ। ਬੱਚੇ ਆਪ ਕਹਾਂ ਸੇ ਆਏ ਹੈਂ? ਹਮ ਲੋਕ ਜੋਹਰ ਟਾਊਨ ਸੇ ਆਏ ਹੈਂ, ਯਹਾਂ ਕਾ ਖਾਣਾ ਬਹੁਤ ਅੱਛਾ ਹੈ ਔਰ ਸਸਤਾ ਵੀ ਹੈ, ਹਮੇਂ ਬਹੁਤ ਅੱਛਾ ਯਹਾਂ ਕਾ ਖਾਣਾ ਲਗਾ। ਆਪਕੋ ਅੱਛਾ ਲੱਗਤਾ ਹੈ? ਯੈਸ। ਅੱਛਾ ਅੱਛਾ, ਆਜ ਆਪ ਅਕੇਲੇ ਆਏ ਜਾਂ ਗਰੁੱਪ ਵੀ ਸਾਥ ਆਏ ਔਰ ਬਾਹਰ ਗਏ ਹੈਂ? ਪਾਪਾ ਵਗੈਰਾ ਵੀ ਸਾਥ ਆਏ ਹੈਂ, ਵੋ ਬਾਹਰ ਗਏ ਹੈਂ ਮੈਂ ਨਮਾਜ਼ ਪੜ੍ਹਨੇ ਕੇ ਲੀਏ। ਹਾਂ ਅੱਛਾ ਅੱਛਾ, ਫਿਰ ਲੋ ਜੀ, ਬੱਚੇ ਅੱਜ ਬੜੇ ਸ਼ੌਕ ਨਾਲ ਆਏ ਨੇ ਖਾਣਾ ਖਾਣ ਆਏ ਨੇ, ਤੁਹਾਨੂੰ ਦੱਸਿਆ ਬੜਾ ਅੱਛਾ ਰੈਸਟੋਰੈਂਟ ਹੈ ਬੱਚਿਆਂ ਵਾਸਤੇ ਵੀ ਹੈ ਅਤੇ ਫੈਮਿਲੀ ਵਾਸਤੇ, ਤੁਸੀਂ ਵੀ ਆਪਣੇ ਬੱਚਿਆਂ ਨੂੰ ਇੱਥੇ ਜ਼ਰੂਰ ਜ਼ਰੂਰ ਤਸ਼ਰੀਫ ਲਿਆਓ। ਦਾਲ ਮੱਖਣੀ ਬੜੀ ਮਸ਼ਹੂਰ ਹੈ, ਖਾਣਾ ਖਾ ਰਹੇ ਜੀ। ਇਹ ਹੋਟਲ ਕਬਾਬਿਸ਼ ਹੋਟਲ ਦਾ ਸ਼ਿਮਲਾ ਪਹਾੜੀ ਦੇ ਕੋਲ, ਬਹੁਤ ਪਿਆਰਾ ਟੇਸਟ ਹੈ, ਮਾਸ਼ਾਅੱਲਾ ਟਿੱਕਾ ਬੜਾ ਪਿਆਰਾ ਹੈ ਔਰ ਜ਼ਾਇਕਾ ਬੜਾ ਅੱਛਾ ਹੈ।
ਮੈਨੂੰ ਖਾ ਕੇ ਬੜੀ ਖੁਸ਼ੀ ਹੋਈ ਹੈ ਮੈਨੂੰ, ਔਰ ਮੈਂ ਯਾਨੀ ਕਿ ਦਿਲ ਕਰ ਰਿਹਾ ਕਿ ਮੈਂ ਖਾਂਦਾ ਹੀ ਹਾਂ, ਲੇਕਿਨ ਜਰਾ ਮੈਨੂੰ ਜ਼ਾਇਕਾ ਅੱਛਾ ਤੁਹਾਨੂੰ ਲੱਗਾ ਅੱਛਾ ਅਤੇ ਯਾਨੀ ਕਿ ਦਿਲ ਕਰ ਰਿਹਾ ਖਾਈ ਜਾਓ, ਯਾਨੀ ਕਿ ਐਸਾ ਜ਼ਾਇਕਾ ਲਓ ਜੀ ਬਹੁਤ ਪਿਆਰਾ ਕਵਰ ਦਾ ਬਣਿਆ ਜ਼ਾਇਕੇ ਦਾ ਹੈ ਅਤੇ ਮੈਨੂੰ ਬੜੀ ਖੁਸ਼ੀ ਹੋਈ ਇੱਥੇ ਆ ਕੇ। ਇਹ ਤੁਸੀਂ ਵੇਖ ਰਹੇ ਹੋ ਦਾਲ ਮੱਖਣੀ ਵੀ ਹੈਗੀ ਹੈ ਅਤੇ ਟਿੱਕਾ ਕੋ ਅਤੇ ਬਹੁਤ ਪਿਆਰਾ, ਇਹਨਾਂ ਨੇ ਕਿਹਾ ਕਿ ਜ਼ਾਇਕਾ ਬਹੁਤ ਪਿਆਰਾ ਅਤੇ ਮਜ਼ਾ ਆਇਆ ਖਾ ਕੇ, ਅਤੇ ਤੁਸੀਂ ਫਿਰ ਆਉਂਦੇ ਰਹੋਗੇ ਇਨਸ਼ਾਅੱਲਾ? ਸਾਡੇ ਨਾਲ ਮੈਂ ਹਫ਼ਤੇ 'ਚ 3-4 ਟੱਕ ਲੈਂਦਾ ਇੱਥੇ, ਕਦੇ ਸ਼ਾਮ ਨੂੰ ਕਦੇ ਸੁਬਾਹ ਕਦੇ ਦੁਪਹਿਰ। ਚਲੋ ਬਹੁਤ ਅੱਛੀ, ਜਦੋਂ ਵੀ ਇੱਥੇ ਮੈਂ ਮੌਕਾ ਮਿਲਦਾ ਆਉਣ ਦਾ ਸੁਬਹਿਰ ਭਾਰੀ ਮੈਂ ਇਹਨਾਂ ਕੋਲ ਖਾ ਕੇ ਜਾਂਦਾ। ਚਲੋ ਜੀ ਬਹੁਤ ਅੱਛੀ ਗੱਲ ਹੈ। ਲਓ ਜੀ ਕਵਾਬਿਸ ਫੈਮਿਲੀ ਰੈਸਟੋਰੈਂਟ ਟਿੱਕਾ ਆ ਜਿਹੜੀ ਹੈਗੀ ਹੈ ਹੋਟਲ, ਇਹ ਅਸੀਂ ਇੱਥੇ ਆਏ ਸੀ ਅਤੇ ਆਜ਼ਾਦ ਸਾਹਿਬ ਨੇ ਇਹੀ ਹੋਟਲ 'ਚ ਇਹ ਵੀ ਹੋਟਲ ਚਲਾ ਰਹੇ ਨੇ, ਔਰ ਬੜਾ ਤੁਹਾਨੂੰ ਦੱਸਿਆ ਸੀਗਾ ਕਿ ਬੜਾ ਅੱਛਾ ਇੰਤਜ਼ਾਮ ਕੀਤਾ ਹੋਇਆ ਉਹਨੇ, ਸਾਫ਼ ਸੁਥਰਾ ਮਾਹੌਲ ਹੈ। ਆਜ਼ਾਦ ਸਾਹਿਬ ਤੁਹਾਨੂੰ ਦੱਸੋ, ਇਹੋ ਜਿਹੇ ਹੋਟਲ ਸਾਨੂੰ ਅਸੀਂ ਸ਼ਿਮਲਾ ਪਹਾੜੀ ਦੇ ਨਜ਼ਦੀਕ ਕਦੇ ਨਹੀਂ ਮਿਲਿਆ, ਔਰ ਸਸਤਾ ਵੀ ਖਾਣਾ ਔਰ ਅੱਛਾ ਵੀ। ਤੁਸੀਂ ਲੋਕਾਂ ਦਾ ਕੀ ਇਹ ਲੈ ਕੇ ਤੁਰੇ ਸੀਗੇ ਕਿ ਲੋਕਾਂ ਨੂੰ ਅੱਛਾ ਸਸਤਾ ਔਰ ਅੱਛਾ ਮਿਆਰ ਮਿਲੇ? ਬਿਸਮਿਲ੍ਲਾਹਿ ਰਹਿਮਾਨ ਰਹੀਮ, ਅਸਲਾਮ ਅਲੈਕੁਮ ਸਾਰੇ ਵਿਵਰੰਗ ਨੂੰ ਸਾਡਾ ਸਲਾਮ। ਅਸਲ ਦੇ ਵਿੱਚ ਜੀ ਆਪਣਾ ਸਾਡਾ ਰੈਸਟੋਰੈਂਟ ਜਿਹੜਾ ਕਵਾਬਿਸ਼ ਸੀ ਉਹ ਤਾਂ ਤਕਰੀਬਨ 50 ਸਾਲ ਪਹਿਲੇ ਪੁਰਾਣਾ ਨਾਂ ਹੈ ਸਾਡਾ ਕਵਾਬਿਸ਼ ਟਿੱਕਾ ਦਾ, ਔਰ ਦੇਸੀ ਖਾਣਿਆਂ ਦਾ ਇਹ ਮੇਨ ਰੈਸਟੋਰੈਂਟ ਹੈ। ਅੱਜ ਕੱਲ੍ਹ ਦੇਸੀ ਖਾਣੇ ਜਿਹੜੇ ਨੇ ਉਹ ਪੂਰੇ ਲਾਹੌਰ ਵਿੱਚ ਯਾਨੀ ਕਿ ਖਾਣਿਆਂ ਦੇ ਲਿਹਾਜ਼ ਨਾਲ ਲਾਹੌਰ ਵੀ ਪਹਿਚਾਣਿਆ ਜਾਂਦਾ, ਲੇਕਿਨ ਖਾਣੇ ਦੇਸੀ ਜਿਹੜੇ ਨੇ ਉਹ ਸਿਰਫ ਚੰਦ ਰੈਸਟੋਰੈਂਟ ਨੇ ਜਿਨ੍ਹਾਂ ਦੇ ਵਿੱਚ ਦੇਸੀ ਖਾਣੇ ਐ ਨੇ, ਬਾਕੀ ਦੇਸੀ ਦੇਸੀ ਨਹੀਂ ਹੁੰਦੇ ਕਿਉਂਕਿ ਉਹ ਉਹਨਾਂ ਨੂੰ ਆਪਣਾ ਅਲੱਗ ਅਲੱਗ ਕਰਕੇ ਪਕਾਇਆ ਜਾਂਦਾ ਹੈ, ਉਹ ਪੂਰਾ ਪ੍ਰੋਪਰ ਤਰੀਕੇ ਨਾਲ ਦੇਸੀ ਖਾਣੇ ਨਹੀਂ ਹੁੰਦੇ। ਸਾਡੇ ਟੋਟਲ ਤਕਰੀਬਨ ਦੇਸੀ ਖਾਣੇ ਨੇ ਜਿਹਦੇ ਵਿੱਚ ਮਟਨ ਪਾਲਕ ਹੈ, ਮਟਨ ਕਰੇਲੇ ਨੇ, ਔਰ ਮਟਨ ਬਰਿਆਨੀ ਹੈ, ਔਰ ਮਟਨ ਕੌਰਮਾ, ਇਹ ਮੱਛਲੀ ਦੀ ਬੋਟੀ ਹੁੰਦੀ ਹੈ ਮਟਨ ਕੌਰਮੇ ਦੀ, ਅਤੇ ਹਾਂਜੀ ਦਾਲ ਮੱਖਣੀ ਹੈ, ਔਰ ਇਹ ਤਾਂ ਤਕਰੀਬਨ ਸਾਡੇ ਪੋਲੀਟੀਸ਼ੀਅਨ ਜਿਹੜੇ ਮਸ਼ਹੂਰ ਨੇ ਜਿਸ ਤਰ੍ਹਾਂ ਸ਼ੇਖ ਰਸ਼ੀਦ ਸਾਹਿਬ ਨੇ, ਹੋਰ ਬਹੁਤ ਸਾਰੇ ਜਿਹੜੇ ਆਪਣਾ ਪੋਲੀਟੀਸ਼ੀਅਨ ਨੇ ਉਹ ਸਾਡੇ ਕੋਲ ਆਉਂਦੇ ਨੇ, ਉਹ ਖਾਂਦੇ ਨੇ ਸਾਡੇ ਨਾਲ। ਪ੍ਰੈਸ ਕਲੱਬ ਹੈ, ਪ੍ਰੈਸ ਕਲੱਬ ਦੇ ਬੜੇ ਬੜੇ ਜਿਹੜੇ ਐਂਕਰ ਪਰਸਨ ਨੇ ਸਾਫੀ ਨੇ ਉਹ ਸਾਰੇ ਆਉਂਦੇ ਨੇ ਸਾਡੇ ਕੋਲ, ਖਾਂਦੇ ਨੇ, ਬੜੇ ਬੜੇ ਮਸ਼ਹੂਰ ਨਾਂ ਨੇ। ਅਤੇ ਇਹ ਖਾਣਾ ਇੱਕ ਵਾਰੀ ਸਾਡੇ ਕੋਲ ਆਓ, ਖਾਣਾ ਚੈੱਕ ਕਰੋ ਸਾਡਾ ਜਿਹੜਾ ਦੇਸੀ ਖਾਣਾ ਹੈ, ਔਰ ਦੇਸੀ ਦੇ ਨਾਲ ਸਾਡੇ ਕੋਲ ਚਾਈਨੀਜ਼ ਔਰ ਬਾਰਬਿਕਿਊ, ਬਾਰਬਿਕਿਊ ਸਾਡੀ ਸਪੈਸ਼ਲਿਟੀ ਹੈ ਜਿਹਦੇ ਵਿੱਚ ਚਿਕਨ ਕਬਾਬ ਨੇ, ਬੀਫ ਕਬਾਬ ਨੇ, ਮਟਨ ਕੌਰਮਾ ਹੈ, ਮਟਨ ਟਿੱਕਾ, ਮਟਨ ਚਾਂਪ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਡੇ ਕੋਲ ਅਵੇਲੇਬਲ ਨੇ, ਔਰ ਬਿਲਕੁਲ ਪ੍ਰੈਸ ਕਲੱਬ ਦੇ ਨਾਲ ਸਾਡਾ ਰੈਸਟੋਰੈਂਟ ਹੈ। ਅਤੇ ਇਹ ਤਕਰੀਬਨ ਪਿਛਲੇ 50 ਸਾਲ ਤੋਂ ਇਹ ਲੋਕਾਂ ਦੀ ਖਿਦਮਤ, ਅਸੀਂ ਆਦਰ ਖਿਦਮਤ ਹਾਂ। ਸਾਊਦੀ ਅਰਬ ਦੇ ਵਿੱਚ ਵੀ ਇਹਦੀ ਸ਼ਾਖ ਹੈ? ਜੀ ਜੀ, ਸਾਡੀ ਉਹ ਸ਼ਾਖ ਨਹੀਂ ਹੈ, ਲੇਕਿਨ ਕਵਾਬਿਸ਼ ਨਾਂ ਦੇ ਤਾਂ ਤਕਰੀਬਨ ਪੂਰੀ ਦੁਨੀਆ 'ਚ ਨੇ, ਖਾਸ ਕਰ ਇਹ ਤੁਰਕਿਸ਼ ਨਾਂ ਹੈ ਕਵਾਬਿਸ਼, ਔਰ ਇਹਦੇ ਵਿੱਚ ਤਕਰੀਬਨ UK ਵਿੱਚ ਨੇ ਕਵਾਬਿਸ਼ ਬਹੁਤ ਸਾਰੇ, ਔਰ ਨਾਂ ਹੈ ਤੁਰਕਿਸ਼ ਅਤੇ ਆਪਣਾ ਜ਼ਬਾਨ ਦਾ ਨਾਂ ਹੈ ਕਵਾਬਿਸ਼, ਕਵਾਬ ਤੋਂ ਨਾਂ ਇਹਨਾਂ ਨੇ ਕਵਾਬਿਸ਼ ਰੱਖਿਆ। 24 ਘੰਟੇ ਹੈ ਜਾਂ ਕੋਈ ਲਿਮਿਟ ਹੈ? ਬੰਦ ਹੋ? ਨਹੀਂ ਜੀ ਨਹੀਂ, ਇਹ ਦਿਨ ਨੂੰ 12 ਵਜੇ ਸ਼ੁਰੂ ਹੁੰਦਾ ਹੈ ਔਰ ਰਾਤ 12 ਵਜੇ ਤੱਕ ਇਹਦੀ ਟਾਈਮਿੰਗ ਹੈ, ਜਿਹਦੇ ਵਿੱਚ ਸਾਡੇ ਕੋਲ ਯਾਨੀ ਬਾਰਬਿਕਿਊ ਵੀ 12 ਤੋਂ ਲੈ ਕੇ ਰਾਤ 12 ਤੱਕ ਹੈ, ਔਰ ਸਾਰੇ ਖਾਣੇ ਤੁਹਾਨੂੰ ਅਵੇਲੇਬਲ ਹੋਣਗੇ, ਜਿਹਦੇ ਵਿੱਚ ਡੀਲਾਂ ਵੀ ਆਏ ਨੇ, ਔਰ ਬਾਕੀ ਇਹ ਅਵਾਮੀ ਜਿਹੜਾ ਫੂਡ ਹੈ ਜਿਹਦੇ ਦਾਲਾਂ ਖਾਸ ਕਰ ਸਾਡੀਆਂ ਜਿਹੜੀਆਂ ਦਾਲਾਂ ਨੇ, ਦਾਲ ਮਾਸ਼ ਅਚਾਰੀ, ਦਾਲ ਚਨਾ ਮੱਖਣੀ, ਮੱਖਣੀ ਫਰਾਈ ਹੁੰਦੀ ਹੈ, ਇਹ ਸਪੈਸ਼ਲ ਨੇ, ਔਰ ਮਿਕਸ ਸਬਜ਼ੀ, ਆਲੂ ਮਟਰ, ਗਾਜਰ। ਲਓ ਜੀ ਮੇਰੇ ਪਿਆਰੇ ਸੁਣਨ ਵਾਲੇ ਹੋ, ਪੰਜਾਬ ਕਲਚਰ TV ਵੇਖਣ ਵਾਲੇ ਹੋ, ਆਜ਼ਾਦ ਸਾਹਿਬ ਨੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਨੇ, ਅਤੇ ਤੁਸੀਂ ਵੀ ਇਸ ਹੋਟਲ ਵਿੱਚ ਨਸੀਬ ਲਿਆਓ ਅਤੇ ਮਜ਼ੇਦਾਰ ਖਾਣੇ ਵੀ ਖਾਓ।